ਹੈਲੋ एवरीवन वेलकम اور वेलकम ਬੈਕ ਟੂ ਮਾਈ ਚੈਨਲ ਜੀਬੀ ਸ਼ਾਹ ਦੁਆਰਾ ਲਿਖਿਆ ਹੋਇਆ ਆਰਮਜ਼ ਐਂਡ ਦਾ ਮੈਨ ਪਲੇ ਆਪਾਂ ਸਟਾਰਟ ਕੀਤਾ ਹੋਇਆ ਜਿਸ ਦੇ ਵਿੱਚ 1 ਬਾਈ 1 ਆਪਾਂ ਕਨਸੈਪਟਸ ਨੂੰ ਕਲੀਅਰ ਕਰ ਰਹੇ ਆਂ ਥੀਮ ਸਮਰੀ ਹੋਰ ਕੈਰੈਕਟਰ ਸਕੈਚ ਆਪਾਂ ਕਰ ਚੁੱਕੇ ਹਾਂ ਸਰਜੀ ਸੈਰਨ ਆਫ ਦਾ ਕੈਰੈਕਟਰ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਸ ਨੂੰ ਅੱਜ ਆਪਾਂ ਕਵਰ ਕਰਾਂਗੇ ਕਿੱਦਾਂ ਕਵਰ ਕਰਨਾ ਹੈ ਕਿੱਦਾਂ ਕੁਆਲਟੀਜ਼ ਰੱਖਣੀਆਂ ਤੁਹਾਡੇ ਕੁਐਸਚਨ ਦੇ ਵਿੱਚ ਸਾਥ ਕੀ ਤੁਹਾਡਾ ਕੁਐਸਚਨ ਜਿਹੜਾ ਹੈ ਪ੍ਰੈਜ਼ੈਂਟੇਬਲ ਲੱਗੇ ਅਤੇ ਨਾਲ ਹੀ ਤੁਹਾਨੂੰ ਅੱچھے ਮਾਰਕਸ ਵੀ ਮਿਲ ਜਾਣ ਤੇ ਦੂਜੀ ਗੱਲ ਹੈਗੀ ਜਿਨ੍ਹਾਂ ਨੇ ਸ਼ੇਅਰ ਨਹੀਂ ਕੀਤਾ ਚੈਨਲ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਅਤੇ ਨਾਲ ਹੀ ਸਬਸਕ੍ਰਾਈਬ ਵੀ ਕਰ ਦੋ ਬੈਲ ਆਈਕਨ ਵੀ ਪ੍ਰੈਸ ਕਰ ਦਿਓ ਤਾਂ ਕਿ ਜਲਦੀ ਜਲਦੀ ਤੁਹਾਡੇ ਕੋਲੇ ਨੋਟੀਫਿਕੇਸ਼ਨ ਵੀ ਆਉਂਦੇ ਰਹਿਣ ਬਹੁਤ ਸਾਰਾ ਕੰਟੈਂਟ ਮੈਂ ਆਪਣੇ ਚੈਨਲ ਦੇ ਉੱਤੇ ਇਨ ਫਿਊਚਰ ਪਾਉਣ ਵਾਲੀ ਹਾਂ ਇੰਪੋਰਟੈਂਟ ਕੁਐਸਚਨਸ ਹੋਗੇ ਹੋਰ ਟੀਚਿੰਗ ਵੀਡੀਓਜ਼ ਹੋਗੇ ਪ੍ਰੀਵੀਅਸ ইয়ার ਦੇ ਕੁਐਸਚਨ ਹੋਗੇ ਹੋਰ ਸਬਜੈਕਟਸ ਦੀਆਂ ਟੀਚਿੰਗ ਵੀਡੀਓਜ਼ ਹੋਗੀਆਂ ਬਹੁਤ ਸਾਰਾ ਕੰਟੈਂਟ ਤੁਹਾਡੇ ਲਈ ਮੇਰੇ ਕੋਲੇ ਅਵੇਲੇਬਲ ਆ ਸੋ ਸਟਾਰਟ ਕਰਦੇ ਹਾਂ ਅੱਜ ਦੇ ਵੀਡੀਓ ਸਰਜੀਅਸ ਸੈਰਨ ਆਫ ਦਾ ਕਰੈਕਟਰ ਸਕੈਚ ਸਭ ਤੋਂ ਪਹਿਲਾਂ ਜਦੋਂ ਵੀ ਆਪਾਂ ਕੁਐਸਚਨ ਅਟੈਂਪਟ ਕਰਨਾ ਹੈ ਤਾਂ ਬਹੁਤ ਪ੍ਰੀਜ਼ੈਂਟੇਬਲ ਲੱਗਦਾ ਹੈ ਕਿ ਆਪਾਂ ਪੁਆਇੰਟਸ ਨੂੰ ਡਿਸਕ੍ਰਾਈਬ ਕਰੀਏ ਤਾਂ ਇੰਟਰੋਡਕਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇੰਟਰੋਡਕਸ਼ਨ ਜੀ ਲਿਖਣੀ ਹੈਗੇ ਕਿ ਕੀ ਦਾ ਲਿਖਿਆ ਹੋਇਆ ਨਾਵਲ ਹੈਗਾ ਪਲੇ ਹੈਗਾ ਜਾਂ ਕੁਝ ਵੀ ਹੈ ਨਾ ਕੋਈ ਵੀ ਸਟੋਰੀ ਅਗਰ ਤੁਸੀਂ ਕਰ ਰਹੇ ਹੋ ਤਾਂ ਮੇਜਰ ਸਰਜੀਅਸ ਸੈਰਨ ਆਫ ਇਜ਼ ਏਨ ਇੰਪੋਰਟੈਂਟ ਕਰੈਕਟਰ ਆਫ ਦਾ ਪਲੇ ਆਰਮਸ ਐਂਡ ਦਾ men ਬਾਏ ਜੀਬੀ ਸ਼ਾ ਜੀਬੀ ਸ਼ਾ ਦਾਰਾ ਲਿਖਿਆ ਹੋਇਆ ਪਲੇ ਆਰਮਸ ਐਂਡ ਦਾ ਮੈਨ ਦੇ ਵਿੱਚ ਮੇਜਰ ਸਰਜੀਅਸ ਸੈਰਨ ਆਫ ਦਾ ਕਰੈਕਟਰ ਸਕੈਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਸਰਜੀਅਸ ਇਜ਼ ਟਾਲ ਐਂਡ ਹੈਂਡਸਮ ਹੁਣ ਜਿਹੜਾ ਸਰਜੀਅਸ ਹੈ ਟਾਲ ਅਤੇ ਹੈਂਡਸਮ ਹੈ ਲੰਬਾ ਅਤੇ ਅੱਛਾ ਦਿਖਣ ਵਾਲਾ ਜਿਹੜਾ ਹੈਗਾ ਇਨਸਾਨ ਹੈ ਹੀ ਇਜ਼ ਰੋਮਾਂਟਿਕ ਐਂਡ ਯੰਗ ਰੋਮਾਂਟਿਕ ਹੈ ਯੰਗ ਹੈ ਹੀ ਇਜ਼ ਗੁੱਡ ਲੁਕਿੰਗ ਅੱਛੇ ਉਹਦੀਆਂ ਲੁੱਕਸ ਲੁੱਕਸ ਜਿਹੜੇ ਆਪਾਂ ਕਹਿੰਦੇ ਗੁੱਡ ਲੁੱਕਸ ਹੈ ਉਹਦੀਆਂ he has an attractive personality ਖਿੱਚ ਭਰਪੂਰ ਉਸਦੀ ਦਿਖ ਹੈ he shows love for raina ਦੇਖੋ ਪਿਆਰ ਨਾਲ ਭਰਿਆ ਹੋਇਆ ਉਹ ਰੈਨਾ ਲਈ ਸ਼ੋਅ ਆਫ ਕਰਦਾ ਹੈ he is major in the bulgarian army ਹਾਂ ਦੇਖੋ ਮੇਜਰ ਇਹਦਾ ਨਾਮ ਲਿਖਿਆ ਹੋਇਆ ਹੈ ਨਾ ਤਾਂ ਬੁਲਗਰੀਅਨ ਆਰਮੀ ਦੇ ਵਿੱਚ ਬੁਲਗਰੀਅਨ ਸੈਨਾ ਦੇ ਵਿੱਚ ਉਹ ਮੇਜਰ ਹੈ he represents romantic aspects of love and war ਪਿਆਰ ਅਤੇ ਯੁੱਧ ਨੂੰ ਉਹ ਰੋਮਾਂਟਿਕ ਅਸਪੈਕਟਸ ਦੇ ਵਜੋਂ ਰਿਪਰੈਜ਼ੈਂਟ ਕਰਦਾ ਹੈ ਪੇਸ਼ ਕਰਦਾ ਹੈ ਅੱਗੇ ਕੀ ਹੈਗਾ ਰੋਮਾਂਟਿਕ ਹੀਰੋ ਰੋਮਾਂਟਿਕ ਹੀਰੋ ਹੈ ਸਰਜੀਅਸ ਇਜ਼ ਫੁੱਲ ਆਫ ਰੋਮਾਂਸ ਬਿਲਕੁਲ ਰੋਮਾਂਸ ਦੇ ਨਾਲ ਪਿਆਰ ਪਿਆਰ ਦੇ ਨਾਲ ਬਿਲਕੁਲ ਰੋਮਾਂਸ ਦੇ ਨਾਲ ਭਰਿਆ ਹੋਇਆ ਹੈ ਹੀ ਆਲਸੋ ਰੀਡਸ ਦਿ ਰੋਮਾਂਟਿਕ ਆਥਰਸ ਲਾਈਕ ਬਾਇਰਨ ਐਂਡ ਪੁਸਕਿਨ ਬਾਇਰਨ ਅਤੇ ਪੁਸਕਿਨ ਵਰਗੇ ਰੋਮਾਂਟਿਕ ਪੋਇਟਸ ਨੂੰ ਉਹ ਪੜ੍ਹਦਾ ਹੈ ਰੋਮਾਂਟਿਕ ਆਥਰਸ ਨੂੰ ਉਹ ਪੜ੍ਹਦਾ ਹੈ ਹੀ ਇਜ਼ ਐਨ ਆਈਡੀਅਲ ਹੀਰੋ ਫਰਾਇਨਾ ਰਾਈਡਲ ਦਾ ਵੀ ਰੈਨਾ ਦਾ ਵੀ ਸੌਰੀ ਉਹ ਇੱਕ ਆਦਰਸ਼ ਹੀਰੋ ਜਿਹੜਾ ਹੈ ਜਦੋਂ ਪਲੇ ਸਟਾਰਟ ਹੁੰਦਾ ਸੀ ਦੇਖਦੇ ਆ ਕਿ ਜਿਹੜੀ ਰੈਨਾ ਹੈਗੀ ਹੈ ਬਾਲਕਨੀ ਚ ਖੜੀ ਜਿਹੜੀ ਹੈ ਉਹਦੀ ਫੋਟੋ ਨੂੰ ਨਿਹਾ ਰਹੀ ਹੁੰਦੀ ਦੇ ਬਾਰੇ ਸੋਚ ਨਹੀਂ ਹੁੰਦੀ ਹੈ ਕੁਦਰਤ ਨੂੰ ਵੀ ਨਿਹਾ ਰਹੀ ਹੁੰਦੀ ਹੈ ਤਾਂ ਕਹਿੰਦਾ ਮਤਲਬ ਉਹ ਇੱਕ ਆਈਡੀਅਲ ਹੀਰੋ ਹੈ ਉਹਦਾ ਹੀ ਲਿਵਸ ਇਨ ਅ ਵਰਲਡ ਆਫ ਅਨ ਰਿਐਲਿਟੀ ਅਨਰੀਅਲਟੀ ਮਤਲਬ ਸਚਾਈ ਤੋਂ ਅਲੱਗ ਹੋ ਕੇ ਜਿਹੜਾ ਹੈ ਉਹ ਐਸੇ ਸੰਸਾਰ 'ਚ ਰਹਿੰਦਾ ਹੈ ਜੀਵਨ ਦੀ ਸਚਾਈ ਜਿਹੜੀ ਹੈਗੀ ਉਸ ਨੂੰ ਨਹੀਂ ਦੇਖਦਾ ਹੀ ਇਜ਼ ਹੀਰੋ ਆਫ ਲਵ ਐਂਡ ਵਾਰ ਲਵ ਅਤੇ ਵਾਰ ਦਾ ਉਹ ਹੀਰੋ ਹੈ ਹੀ ਸੀਕਸ ਗਲੋਰੀ ਐਂਡ ਆਨਰ ਇਨ ਵਾਰ ਉਹਨੂੰ ਇਹ ਲੱਗਦਾ ਹੈ ਕਿ ਯੁੱਧ ਦੇ ਵਿੱਚ ਹੀ ਉਹ ਆਪਣੇ ਕਾਰਨਾਮੇ ਜਿਹੜੇ ਦਿਖਾ ਸਕਦਾ ਹੈ ਆਪਣੀ ਸ਼ਾਨ ਦੇ ਆਪਣੇ ਮਾਨ ਸਤਕਾਰ ਦੇ ਹੀ ਇਜ਼ ਬਰੇਵ ਬਹਾਦਰ ਹੈ ਹੀ ਅਟੈਕਸ ਵਿਦ ਦਾ ਹੈਲਪ ਆਫ ਕੈਵਲਰੀ ਉਹ ਦੇਖੋ ਕੂੜ ਸੈਨਾ ਦੇ ਨਾਲ ਜਿਹੜਾ ਹੈ ਦੁਸ਼ਮਣਾਂ ਦੇ ਉੱਤੇ ਹਮਲਾ ਕਰ ਲੈਂਦਾ ਹੈ ਕਿਉਂਕਿ ਉਹਨਾਂ ਦਾ ਗਨ ਪਾਊਡਰ ਖਤਮ ਸੀ ਸੁਦਾ ਕਰਕੇ ਜਿੱਤ ਜਾਂਦੇ ਨੇ ਬਟ ਇਨ ਰਿਐਲਿਟੀ ਅਸਲ ਚ ਕੀ ਹੁੰਦਾ ਇਟ ਵਾਸ ਆ ਫੂਲੀਸ਼ ਐਕਟ ਦੇਖੋ ਯੁੱਧ ਦੇ ਯੁੱਧ ਦੇ ਵਿੱਚ ਜਿਹੜਾ ਉਹ ਆਪਣੀ ਕੂੜ ਸਵਾਰ ਕੂੜ ਸਵਾਰ ਜਿਹੜੀ ਸੈਨਾ ਹੁੰਦੀ ਉਹਦੇ ਨਾਲ ਹਮਲਾ ਕਰਦਾ ਹੈ ਲੇਕਿਨ ਅਸਲ ਦੇ ਵਿੱਚ ਇੱਕ ਮੂਰਖਤਾ ਭਰਿਆ ਕਾਰਨਾਮਾ ਹੁੰਦਾ ਕਿ ਬਲੁੰਝਲੀ ਦੱਸਦਾ ਰਹੇ ਇਹਨਾਂ ਨੂੰ ਕਿ ਅਗਰ ਉਹਨਾਂ ਕੋਲ ਗਨ ਪਾਊਡਰ ਹੁੰਦਾ ਤਾਂ ਤੈਸਨੈਸ ਕਰ ਦਿੰਦੇ ਸਾਡੀ ਸੈਨਾ ਨੂੰ he thinks that raina can be impressed by glory of war onu aidan lagda hai ki main yudh vich kuch karanga ta raina jehdi badi impress hoegi onu impress kita ja sakda hai she is his queen and heroine oh di rani vi aa te oh di heroine vi hai kike raina je tu si starting ch play dekhti ho when he comes back lekin jadon oh yudh to wapas aunda hai he meets raina as a knight ਉਹ ਹੌਇਕ ਜਿਵੇਂ ਜਿੱਤੇ ਹੋਈ ਸੂਰਮੇ ਵਜੋਂ ਹਨਾ ਯੋਧਾ ਦੇ ਵਾਂਗੂ ਉਸ ਨੂੰ ਮਿਲਦਾ ਝੁਕਦਾ ਉਹਦੇ ਅੱਗੇ ਠੀਕ ਹੈ ਉਹਨੂੰ ਕਿਸ ਕਰਦਾ ਸੋ ਹੀ ਕਾਲਸ ਹਰ ਲੇਡੀ ਲਵ ਉਹਨੂੰ ਕੀ ਕਹਿੰਦਾ ਓਕੇ ਲੇਡੀ ਲਵ ਹੈ ਤੂੰ ਮੇਰਾ ਤੂੰ ਮੇਰਾ ਲੱਕੀ ਚੈਮ ਹੈ ਬਟ ਓਨ ਦਾ ਸੇਮ ਟਾਈਮ ਹੀ ਫਲਰਟਸ ਵਿਦ ਲੂਕਾ ਹੁਣ ਲੂਕਾ ਕੌਣ ਹੁੰਦੀ ਹੈ ਉਹਨਾਂ ਦੀ ਮੇਡ ਹੁੰਦੀ ਹੈ ਰਾਇਨਾ ਦੀ ਦੇਖੋ ਇੱਕ ਪਾਸੇ ਤਾਂ ਉਹਨੂੰ ਪਿਆਰ ਕਰ ਰਿਹਾ ਸ਼ੋਅਫ ਕਰ ਰਿਹਾ ਦੂਜੇ ਪਾਸੇ ਲੂਕਾ ਜਿਹੜੀ ਕਿ ਰਾਇਨਾ ਤੋਂ ਜ਼ਿਆਦਾ ਸੋਹਣੀ ਹੈ ਅਤੇ ਮੈਚੂਰ ਵੀ ਆ ਉਸਦੇ ਨਾਲ ਉਹ ਫਲਰਟ ਕਰਦਾ ਹੈ ਹੀ ਆਲਸੋ ਕੁਆਲਸ ਵਿਦ ਰੈਨਾ ਹੁਣ ਦੇਖੋ ਰੈਨਾ ਦੇ ਨਾਲ ਲੜਦਾ ਝਗੜਦਾ ਵੀ ਆਪਾਂ ਐਂਡ ਦੇ ਵਿੱਚ ਦੇਖਦੇ ਆ ਐਂਡ ਮੈਰੀ ਟੂ ਲੂਕਾ ਅਤੇ ਦੇਖੋ ਸਟਾਰਟਿੰਗ ਚ ਪਿਆਰ ਰੈਨਾ ਨੂੰ ਕਰ ਰਿਹਾ ਤੇ ਐਂਡ ਵਿੱਚ ਲੂਕਾ ਦੇ ਨਾਲ ਉਹ ਮੈਰਿਜ ਕਰਾ ਲੈਂਦਾ ਲੈਕ ਆਫ ਪ੍ਰੈਕਟੀਕਲ ਨੌਲੇਜ ਪ੍ਰੈਕਟੀਕਲ ਨੌਲੇਜ ਜੇ ਆਪਾਂ ਕਹੀਏ ਕਿ ਉਸ ਨੂੰ ਪ੍ਰਯੋਗੀ ਗਿਆਨ ਦੀ ਜਿਹੜੀ ਹੈ ਉਹਦੇ ਵਿੱਚ ਕਮੀ ਹੈ ਸਰਜੀਸ ਇਜ਼ ਅ ਫੂਲ ਇੱਕ ਮੂਰਖ ਹੈ ਹੀ ਲੈਕਸ ਪ੍ਰੈਕਟੀਕਲ ਨੌਲੇਜ ਉਹਦੇ ਵਿੱਚ ਪ੍ਰੈਕਟੀਕਲ ਨੌਲੇਜ ਦੀ ਕਮੀ ਹੈ लुका टेक्स एडवांटेज ऑफ हिज फुलिशनेस ਜਿਹੜੀ ਲੁਕਾ ਉਹਨਾਂ ਦੀ ਮੇਡ ਹੁੰਦੀ ਹੈ ਉਸ ਦੀ ਮੂਰਖਤਾ ਦਾ ਐਡਵਾਂਟੇਜ ਲੈਂਦੀ ਆ ਆਪਣੇ ਸੋਪਣ ਦੇ ਨਾਲ ਉਸ ਨੂੰ ਕੀ ਕਰਦੀ ਹੈ ਪਰਮਾ ਲੈਂਦੀ ਹੈ ਤੇ ਉਹਦੇ ਨਾਲ ਫਲਰਟ ਕਰਦਾ ਹੈ ਅਤੇ ਉਹ ਵੀ ਖੁਸ਼ ਹੁੰਦੀ ਹਨ ਕਿ ਬਈ ਮੈਨੂੰ ਜਿਹੜਾ ਹੈ ਕਿਉਂਕਿ ਉਹ ਆਪਣੀ ਜਿਹੜਾ ਸੋਸ਼ਲ ਸਟੇਟਸ ਹੈ ਆਪਾਂ ਨੇ ਹੈਨਾ ਪੜਿਆ ਕਿ ਜਿਹੜੀ ਲੁਕਾ ਹੁੰਦੀ ਆਪਣਾ ਸੋਸ਼ਲ ਸਟੇਟਸ ਹਾਈ ਕਰਨਾ ਚਾਹੁੰਦੀ ਹੈ ਕਿਉਂਕਿ ਮੇਡ ਹੁੰਦੀ ਹੈ ਉਹ ਚਾਹੁੰਦੀ ਹੈ ਕਿ ਮੈਂ ਵੀ ਰਾਇਨਾ ਵਾਂਗੂ ਰਾਣੀ ਬਣ ਕੇ ਰਵਾਂ ਹੈਨਾ ਹੀਰੋਇਨ ਬਣ ਕੇ ਰਵਾਂ ਮੈਨੂੰ ਸਾਰੇ ਪੁੱਛਣ ਸੋਹਣੀ ਵੀ ਹੁੰਦੀ ਹੈਗੀ ਹੈ 노 ਡਾਊਟ ਸੋਹਣੀ ਨਹੀਂ ਹੈਗੀ ਸੋਹਣੀ ਵੀ ਹੁੰਦੀ ਹੈ ਮੈਚੁਰ ਵੀ ਹੁੰਦੀ ਹੈ ਲੇਕਿਨ ਉਸ ਨੂੰ ਸਰਜੀਸ ਨੂੰ ਵੀ ਕਿਤਨਾ ਕਿਤੇ ਉਹ ਬਹਿਕਾ ਲੈਂਦੀ ਆਪਣੇ ਖੂਬਸੂਰਤੀ ਦੇ ਜਾਲ ਚ ਫਸਾ ਲੈਂਦੀ ਹੈ ਹੀ ਮੇਕਸ ਪੋਜ਼ਸ ਹੁਣ ਦੇਖੋ ਪ੍ਰੈਕਟੀਕਲ ਨੋਲੇਜ ਦੀ ਉਹਨੂੰ ਘਾਟ ਹੈ ਸਰਜੀਸ ਨੂੰ ਅਤੇ ਉਹ ਪੋਜ਼ਸ ਹਰ ਇੱਕ ਜਗ੍ਹਾ ਤੇ ਉਹ ਪੋਜ਼ ਐਕਸਟਰਾ ਆਪਾਂ ਕਹਿੰਨੇ ਨੇ ਵੀ ਪੋਜ਼ ਬਣਾਉਣ ਦੇ ਕੰਮ ਐਕਸਪ੍ਰੈਸ਼ਨ ਦੇਣ ਦੇ ਕੰਮ ਉਹ ਕਰਦਾ ਹੈ ਔਰ ਐਕਸਪ੍ਰੈਸ਼ਨ ਵੀ ਯੂਜ਼ ਕਰਦਾ ਆਈ ਨੈਵਰ ਅਪੋਲੋਜਾਈਜ਼ ਨਾ ਹੀ ਮੈਂ ਕਦੇ ਮਤਲਬ ਕਿ ਅਪੋਲੋਜਾਈਜ਼ ਸ਼ਰਮਿੰਦਾ ਹੁੰਨਾ ਅਤੇ ਨਾ ਹੀ ਆਈ ਏਮ ਨੈਵਰ ਸੌਰੀ ਹਤੇ ਮੈਂ ਕਦੀ ਵੀ ਮਾਫੀ ਨਹੀਂ ਮੰਗਦਾ ਮਤਲਬ ਮੈਂ ਕਦੇ ਵੀ ਇਹ ਚੀਜ਼ ਨਹੀਂ ਕਰਦਾ ਤਾਂ ਉਹ ਆਪਣੇ ਆਪ ਨੂੰ ਓਵਰ ਸਮਾਰਟ ਸਮਝਦਾ ਹੈ ਹੀ ਥਿੰਕਸ ਹਾਈ ਆਫ ਹਿਮਸੈਲਫ ਆਪਣੇ ਆਪ ਨੂੰ हाई समझਦਾ हा, है ही थिंक्स दैट ही इज अ हीरो एंड हैज डन अ हीरोइक डीड ओनु एद्दा ਲੱਗਦਾ ਵੀ ਮੈਂ ਤਾਂ ਹੀਰੋ ਆ ਤੇ ਮੈਂ ਹੀਰੋਇਕ ਭਰਿਆ ਹੀ ਕਾਰਨਾਮਾ ਬਹਾਦਰੀ ਭਰਿਆ ਕਾਰਨਾਮਾ ਹੀ ਮੈਂ ਕੀਤਾ ਇੰਪਰਫੈਕਟ ਸੋਲਜਰ ਐਂਡ ਲਵਰ ਹੋਂ ਦੇਖੋ ਵਾਰ ਦੇ ਵਿੱਚ ਵੀ ਉਹ ਇੰਪਰਫੈਕਟ ਸ਼ਾਮਿਲ ਹੁੰਦਾ ਹੈ ਅਤੇ ਲਵ ਦੇ ਵਿੱਚ ਵੀ ਇੰਪਰਫੈਕਟ ਹੀ ਉਹ ਜਿਹੜਾ ਹੈਗਾ ਅੱਗੇ ਸਾਹਮਣੇ ਸਾਡੇ ਆਉਂਦਾ ਸਰਜੀਅਸ ਇਜ਼ ਐਨ ਇੰਪਰਫੈਕਟ ਸੋਲਜਰ he does not fight as a trained soldier trained soldier de vajjo oho fight nahi karda nahi ladda murkhata pare karnamme oh karda hai balunchli dadna hega ki o da, da code martial vi ho sakta si he fights with foolishness o oh, murkhata pare o de naal ladda he he attacks with the help of cavalry kaur savars enade naal o attack karda he he is also an imperfect lover imperfect lover hai o ਹੀ ਸ਼ੋਸ ਆ ਗ੍ਰੇਟ ਲਵ ਫੋਰ ਰੈਨਾ ਹੁਣ ਦੇਖੋ ਬਹੁਤ ਪਿਆਰ ਦਿਖਾਉਂਦਾ ਹੈ ਸ਼ੋਫ ਕਰਦਾ ਹੈ ਰੈਨਾ ਨੂੰ ਹੀ ਕਿਸੇ ਦਾ ਫੋਰਹੈਡ ਉਹਦਾ ਮੱਥਾ ਵੀ ਚੁੰਮਦਾ ਹੈ ਬਟ ਐਟ ਦ ਸੇਮ ਟਾਈਮ ਹੀ ਫਲਰਟਸ ਵਿਦ ਹਰ ਮੇਡ ਲੁਕਾ ਲੇਕਿਨ ਦੂਜੇ ਪਾਸੇ ਉਹ ਉਹਨਾਂ ਦੀ ਸਰਵੈਂਟ ਜਿਹੜੀ ਹੁੰਦੀ ਹੈ ਉਹਦੀ ਮੇਡ ਲੁਕਾ ਦੇ ਨਾਲ ਫਲਰਟ ਕਰ ਰਿਹਾ ਹੁੰਦਾ ਦੇਖੋ ਇਨਪਰਫੈਕਟ ਇਧਰੋਂ ਵੀ ਹੈ ਲਵ ਦੇ ਵਿੱਚੋਂ ਇਨਪਰਫੈਕਟ ਵਾਰ ਦੇ ਵਿੱਚੋਂ ਵੀ ਹੈ he also chooses luca as his wife at the end hun end ch luca nu hi apni wife de wajoh chundda hai he has no control over his moods apne moods de utte oda koi control nahi hai he hurts luca's arm when he finds her overhearing at the door hun dekho jadon oh dekhda de hai ke bi oh tarwaje te khadi chori chupe kuch sun rahi hai ta luca di jehdi arm hai onu hurt kar denda oh di baah te satt maar denda theek hai ਬਟ ਸੂਨੀ ਆਸਕਸ ਹਰ ਆਸ ਹਰ ਫੋਰ ਫੋਰਗੀਵਨੈਸ ਫਿਰ ਜਲਦੀ ਹੀ ਉਸ ਤੋਂ ਜਾ ਕੇ ਮਾਫੀ ਮੰਗ ਲੈਂਦਾ ਉਹਨੂੰ ਪਿਆਰ ਦਾ ਜੋਫ ਕਰਨ ਲੱਗਦਾ ਫਲਰਟੂ ਦੇ ਨਾਲ ਕਰਨਾ ਸ਼ੁਰੂ ਕਰ ਦਿੰਦਾ ਹੁਣ ਦੇਖੋ ਕਿੰਨੇ ਉਹਦੇ ਮੂਡਸ ਜਿਹੜੇ ਨੇ ਉਹ ਬਦਲਦੇ ਰਹਿੰਦੇ ਕੋਈ ਕੰਟਰੋਲ ਨਹੀਂ ਹਮ ਦਾ ਕੰਪਲੈਕਸ ਕੈਰੈਕਟਰ ਉਹਦਾ ਜਿਹੜਾ ਕੈਰੈਕਟਰ ਹੈ ਬਿਲਕੁਲ ਜਟਿਲ ਹੈ ਕੰਪਲੈਕਸ ਹੈ ਸਰਜੀਸ ਇਜ਼ ਅ ਕੰਪਲੈਕਸ ਕੈਰੈਕਟਰ ਕੰਪਲੈਕਸ ਕੈਰੈਕਟਰ ਹੈ he acts differently on different occasion different different occasion te mokiyan de utte oh different different tarah nal alag alag tarah nal act karta hai he has many qualities kafi saani ohde andar qualities ne he is hero hero hai ho flirty vi hai blackguard vi hai akavadh kavadh matlab darpok ate jealous matlab irkha bharya vi hai blonchli to usnu irkha hundi hai he gets angry soon jaldi jaldi usnu gussa aa janda hai he is an interesting character bahut hi ਰੁਚੀ ਭਰਪੂਰ ਦਿਲਚਸਪ ਜਿਹੜਾ ਹੈ ਉਹ ਕਰੈਕਟਰ ਹੈ ਹੀ ਹੈ ਫੇਲਡ ਇਨ ਹਿਸ ਹਾਇਰ ਲਵ ਹਾਇਰ ਲਵ ਉਹ ਆਪਣੇ ਜਿਹੜਾ ਉੱਚਤਾ ਭਰਿਆ ਪਿਆਰ ਸੀ ਕਿੰਨਾ ਉਹ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਰਾਇਨਾ ਤੇ ਸਰਜੀਸ ਉਸ ਦੇ ਵਿੱਚ ਉਹ ਅਸਫਲ ਹੋ ਜਾਂਦਾ ਹੈ ਹੀ ਡਸ ਨਾਟ ਡਿਸਰਵ ਟੂ ਬੀ ਦਾ ਹੀਰੋ ਆਫ ਦਾ ਪਲੇ ਹੁਣ ਦੇਖੋ ਆਪਾਂ ਸਟਾਰਟਿੰਗ ਚ ਦੇਖਦੇ ਆਂ ਵਾਰ ਤੇ ਲੱਭਦਾ ਉਹ ਹੀਰੋ ਹੈ ਬਟ ਐਂਡ ਚ ਆ ਕੇ ਜਿਹੜਾ ਹੈ ਉਹ ਹੀਰੋ ਨਹੀਂ ਰਹਿੰਦਾ ਤਾਂ ਉਹ ਡਿਸਰਵ ਨਹੀਂ ਕਰਦਾ ਬਟ ਹਿਸ ਕੈਰੈਕਟਰ ਇਜ਼ ਵੈਰੀ ਇੰਪੋਰਟੈਂਟ ਇਨ ਦਾ ਪਲੇ ਪਰ ਫੇਰ ਵੀ ਉਸ ਦਾ ਜਿਹੜਾ ਕੈਰੈਕਟਰ ਹੈ ਪਲੇ ਦੇ ਵਿੱਚ ਕਾਫੀ ਇੰਪੋਰਟੈਂਟ ਹੈ ਸੋ ਏਸੀ ਅੱਜ ਦਾ ਵੀਡੀਓ ਹੋਪ ਤੁਹਾਨੂੰ ਪਸੰਦ ਆਇਆ ਹੋਵੇਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਲਾਈਕ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਮੈਨੂੰ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ ਥੈਂਕ ਯੂ ਸੋ ਮੱਚ